ਸਰਵਿਕਨ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਪਿਛਲੇ ਕਈ ਦਿਨਾਂ ਤੋਂ ਮੈਨੂੰ ਬਹੁਤ ਸਾਰੀ ਕੰਪਲੇਂਟਸ ਮਾਪੇ ਵੱਲੋਂ ਮਿਲ ਰਹੀਆਂ ਨੇ ਮਾਤਾ ਪਿਤਾਵਾਂ ਵੱਲੋਂ ਮਿਲ ਰਹੀਆਂ ਨੇ ਕਿ ਪੰਜਾਬ ਦੇ ਕਈ ਪ੍ਰਾਈਵੇਟ ਸਕੂਲ ਵੱਖ-ਵੱਖ ਸ਼ਹਿਰਾਂ ਦੇ ਪ੍ਰਾਈਵੇਟ ਸਕੂਲ ਕਿਤਾਬਾਂ ਦੇ ਨਾਮ ਦੇ ਉੱਤੇ ਅਜੀਬ ਕਿਸਮ ਦੇ ਕਿਸਮ ਦੇ ਫੀਸਾਂ ਦੇ ਨਾਮ ਦੇ ਉੱਤੇ ਬਹੁਤ ਵੱਡੀ ਲੁੱਟ ਕਰ ਰਹੇ ਹੈ ਸਾਡੇ ਵੱਲੋਂ ਸਟ੍ਰਿਕਟ ਨਿਰਦੇਸ਼ ਨੇ ਕਿ ਕੋਈ ਵੀ ਸਕੂਲ ਹੋਵੇ CBSE ਦਾ ਹੋਵੇ ਕੋਈ ਵੀ ਹੋਵੇ NCERT ਦੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਪਰ ਇਸ ਦੇ ਬਾਵਜੂਦ ਅ ਐਨਸੀਟੀ ਐਨਸੀਆਰਟੀ ਦੇ ਬਜਾਏ ਹੋਰ ਪਬਲਿਸ਼ਰਸ ਦੀਆਂ ਕਿਤਾਬਾਂ ਮਹਿੰਗੀਆਂ ਕਿਤਾਬਾਂ ਮੈਨੂੰ ਬਹੁਤ ਸਾਰੀ ਮਾਤਾ ਪਿਤਾਵਾਂ ਦੇ ਮੈਨੂੰ ਉਨੀ ਵਟਸਐਪ ਤੇ ਸਲਿੱਪਾਂ ਭੇਜੀਆਂ 77000 ਰੁਪਏ ਦੀਆਂ ਜਿਦੇ ਵਿੱਚ 6600 ਰੁਪਏ ਦੀ ਮੈਥ ਦੀ ਕਿਤਾਬ ਨਰਸਰੀ ਦੀਆਂ ਕਿਤਾਬਾਂ ਬਹੁਤ ਮਹਿੰਗੀਆਂ ਬੁੱਕ ਬਾਈਂਡਿੰਗ ਦੇ ਨਾਮ ਤੇ ਨੇਮ ਸਲਿੱਪਾਂ ਦੇ ਨਾਮ ਤੇ ਤਰ੍ਹਾਂ ਤਰ੍ਹਾਂ ਦੇ ਨਾਮਾਂ ਦੇ ਉੱਤੇ ਮਹਿੰਗੀਆਂ ਜਿਹੜੀਆਂ ਕਿਤਾਬਾਂ ਵੇਚੀਆਂ ਜਾ ਰਹੀਆਂ ਇਸ ਤੋਂ ਇਲਾਵਾ ਅਜੀਬ ਕਿਸਮ ਦੀਆਂ ਨਾਮ ਦੇ ਫੀਸਾਂ ਦੇ ਉੱਤੇ ਵੀ ਜਿਹੜੀ ਹੈ ਉਹ ਵਧ ਫੀਸਾਂ ਵਸੂਲੀਆਂ ਜਾ ਰਹੀਆਂ ਇਹ ਮਸਲਾ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਵੀ ਆਇਆ ਤੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਟ੍ਰਿਕਟ ਆਰਡਰਸ ਪਾਸ ਕੀਤੇ ਨੇ ਕਿ ਕੋਈ ਵੀ ਪ੍ਰਾਈਵੇਟ ਸਕੂਲ ਨੂੰ ਇਹ ਹੱਕ ਨਹੀਂ ਕਿ ਆਮ ਮਾਤਾ ਪਿਤਾਵਾਂ ਦੀ ਜਿਹੜੀ ਲੁੱਟ ਕਰ ਸਕੇ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਮੇਰੇ ਦਫ਼ਤਰ ਦੇ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਐਜੂਕੇਸ਼ਨ ਮਿਨਿਸਟਰ ਟਾਸਕ ਫੋਰਸ ਅਸੀਂ ਗਠਿਤ ਕਰ ਦਿੱਤੇ ਹੈ ਜਿੱਥੇ ਹਰ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਪ੍ਰਿੰਸੀਪਲ ਸਰਕਾਰੀ ਸਕੂਲਾਂ ਦੀ ਅਸੀਂ ਇੱਕ ਟਾਸਕ ਫੋਰਸ ਬਣਾਈ ਹੈ ਜਦੋਂ ਵੀ ਕਦੇ ਵੀ ਮੈਨੂੰ ਕੰਪਲੇਂਟ ਆਉਗੀ ਉਹ ਖੁਦ ਜਾ ਕੇ ਕਿਹਲੇ ਅਕਸਰ ਕੀ ਹੈ ਰੂਲਸ ਦੇ ਕਹਿੰਦੇ ਨੇ ਕਿ ਹਰ ਪ੍ਰਾਈਵੇਟ ਸਕੂਲ ਨੂੰ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਤਿੰਨ ਤੋਂ ਪੰਜ ਦੁਕਾਨਾਂ ਉਹਨਾਂ ਨੂੰ ਆਪਣੇ ਬਾਅਦ ਦੱਸਣੀਆਂ ਪੈਣਗੀਆਂ ਜਿੱਥੋਂ ਕਿਤਾਬਾਂ ਮਿਲਦੀਆਂ ਨੇ ਤੇ ਜਿਹੜੇ ਵੱਡੇ ਸ਼ਹਿਰ ਨੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਆਦਿ ਇੱਥੇ ਬੀਬੀ ਬੀਬੀ ਕਿਤਾਬ ਜਿਹੜੀ ਦੁਕਾਨਾਂ ਉਹਨਾਂ ਦੀ ਲਿਸਟ ਲਾਣੀ ਪਊਗੀ ਪਰ ਅਸਲ ਚੇ ਹੁੰਦਾ ਕਿ ਉੱਥੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਿਤਾਬਾਂ ਵੇਚ ਦਿੰਦੇ ਨੇ ਤੇ ਕੋਈ ਹੋਰ ਜਾਲੀ ਸਲਿੱਪਾਂ ਆਪਣਾ ਨਾਮ ਨਹੀਂ ਲਿਖਦੇ ਸਲਿੱਪਾਂ ਦੇ ਉੱਤੇ ਤਾਂ ਕਿ ਮੌਕੇ ਦੇ ਉੱਤੇ ਇਹਨਾਂ ਸਕੂਲਾਂ ਦੇ ਕਾਰਵਾਈ ਹੋ ਸਕੇ ਇੱਕ ਸਪੈਸ਼ਲ ਐਜੂਕੇਸ਼ਨਿਸਟ ਟਾਸਕ ਹੋਸ ਦਾ ਕਟਟ ਕਰ ਦਿੱਤਾ ਗਿਆ ਤੇ ਨਾਲ ਹੀ ਅੱਜ ਮੈਂ ਇੱਕ ਜਿਹੜੀ ਤੁਹਾਨੂੰ ਇੱਕ ਈਮੇਲ ਆਈਡੀ ਦੇ ਰਿਹਾ ਜੀ EMofficepunjab emofficepunjab@gmail.com ਇਸ ਈਮੇਲ ਆਈਡੀ ਦੇ ਉੱਤੇ ਕੋਈ ਵੀ ਮਾਤਾ ਪਿਤਾ ਪੰਜਾਬ ਦਾ ਕਿਸੇ ਕੋਨੇ 'ਚੋਂ ਵੀ ਬੈਠ ਕੇ ਜਾਂ ਕੋਈ ਵੀ ਬੱਚਾ ਉਹ ਸਿੱਧਾ ਸਾਨੂੰ ਕੰਪਲੇਂਟ ਕਰ ਸਕਦਾ ਹੈ ਇਹ ਕੰਪਲੇਂਟ ਸਿੱਧਾ ਮੇਰੇ ਦਫ਼ਤਰ ਚ ਆਊਗੀ ਮੇਰੇ ਕੋਲ ਆਊਗੀ ਤੇ ਅਸੀਂ ਜਿਹੜੇ ਇਸ ਦੇ ਉੱਤੇ ਡਿਸਟ੍ਰਿਕਟ ਐਕਸ਼ਨ ਲਵਾਂਗੇ ਨਾਲ ਹੀ ਮੈਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਇਹ ਵੀ ਦੱਸ ਦੇਣਾ ਚਾਹੁੰਦਾ ਕਿ 30 ਅਪ੍ਰੈਲ ਤੱਕ ਤੁਹਾਨੂੰ ਤੁਸੀਂ ਬਾਉਂਡ ਹੋ ਐਸ ਪਰ ਦਾ ਐਕਟ 30 ਅਪ੍ਰੈਲ ਤੱਕ ਤੁਹਾਨੂੰ ਆਪਣਾ ਇੱਕ ਫਾਰਮ ਜਮ੍ਹਾਂ ਕਰਾਣਾ ਹੁੰਦਾ ਜਿੱਥੇ ਤੁਸੀਂ ਦੱਸਣਾ ਕਿ ਕਿੰਨੀ ਤੁਸੀਂ ਫੀਸ ਵਧਾਈ ਹੈ ਕਿੰਨਾ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਕਿੰਨੇ ਕੰਪਿਊਟਰ ਨੇ ਕਿੰਨੇ ਕਮਰੇ ਨੇ ਕਿੰਨੀ ਬਿਲਡਿੰਗ ਹੈ ਉਹ ਇਸ ਵਾਰੀ ਅਸੀਂ ਰੈਗੂਲੇਟਰੀ ਬਾਡੀਜ਼ ਨੂੰ ਹਰ ਜ਼ਿਲ੍ਹੇ ਲੈਵਲ ਦੇ ਉੱਤੇ ਰੈਗੂਲੇਟਰੀ ਬਾਡੀਜ਼ ਨੂੰ ਅਸੀਂ ਇੰਸ਼ੋਰ ਕਰ ਦਿੱਤਾ ਕਿ 30 ਅਪ੍ਰੈਲ ਤੱਕ ਜੋ ਪਰਫਾਰਮੇ ਨੇ ਉਹ ਸਾਰੇ ਪਰਫਾਰਮੇ ਹਰ ਇੱਕ ਪ੍ਰਾਈਵੇਟ ਸਕੂਲ ਨੂੰ ਭਰ ਕੇ ਜਮਾ ਕਰਾਣੇ ਹੋਣਗੇ ਤੇ ਅਸੀਂ ਰੈਂਡਮ ਉਹ ਜਿਹੜੀ ਚੈਕਿੰਗ ਵੀ ਕਰਾਂਗੇ ਤੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਅਗਰ ਕਦੀ ਵੀ ਸਾਨੂੰ ਲੱਗਦਾ ਕਿ ਉਹ ਪਾਇਆ ਗਿਆ ਤਾਂ ਉਸ ਦੇ ਉੱਤੇ ਅਸੀਂ ਸਟ੍ਰਿਕਟ ਜਿਹੜਾ ਹੈ ਐਕਸ਼ਨ ਲਵਾਂਗੇ ਕਾਰਵਾਈ ਕਰਾਂਗੇ ਇੱਕ ਵਾਰੀ ਦੁਬਾਰਾ ਮੈਂ ਈਮੇਲ ਆਈਡੀ ਰਿਪੀਟ ਕਰ ਦਿੰਦਾ ਐਮ ਆਫਿਸ ਪੰਜਾਬ @gmail.com ਤੇ ਨਾਲ ਹੀ ਇਸ ਤੋਂ ਇਲਾਵਾ ਜਿਹੜੀ ਰੈਗੂਲੇਟਰੀ ਬਾਡੀਜ਼ ਨੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਕੰਪਲੇਂਟਸ ਉਹਨਾਂ ਨੂੰ ਫਾਰਵਰਡ ਕਰ ਦਾਂਗੇ ਤੇ ਹੂ ਐਵਰ ਇਸ ਫਾਊਂਡ ਗਿਲਟੀ will be booked उधर खिलाफ एक्शन भी होगा ਤੇ ਪ੍ਰਾਈਵੇਟ ਸਕੂਲਾਂ ਨੂੰ ਮੇਰੀ ਬੇਨਤੀ ਹੈ ਕਿ ਹੁਣੇ ਬਿਲਕੁਲ ਤੁਸੀਂ ਬਿਕੋਜ਼ ਇਹ ਬਾਣ ਸਾਹਿਬ ਦਾ ਸਟ੍ਰਿਕਟ ਜਿਹੜਾ ਹੈ ਇਨਸਟਰਕਸ਼ਨਸ ਨੇ ਨਿਰਦੇਸ਼ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਦੀ ਜਿਹੜੀ ਅਸੀਂ ਲੁੱਟਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ